550 ਸਾਲ ਦੀ ਖੁਸ਼ੀ ਵਿੱਚ ਸੰਗਤਾਂ ਇਹ ਗੁਰਦੁਆਰਾ ਜਥਾ ਘਰ ਘਰ ਜਾ ਕੇ ਸੰਦੇਸ਼ ਪਹੁੰਚਾ ਰਿਹਾ ਹੈ ਬਾਬੇ ਨਾਨਕ ਦਾ, ਕਿ ਰੁੱਖ ਲਗਾਏ ਜਾਣ, ਪਾਣੀ ਬਚਾਇਆ ਜਾਵੇ, ਸਾਫ਼ ਸੁਥਰਾ ਜਿਹੜਾ ਹੈ ਰੱਖਿਆ ਜਾਵੇ। ਇਹ ਕੁਦਰਤ ਦੀ ਜੋ ਸੰਭਾਲ ਕਰ, ਜੋ ਕੁਦਰਤ ਨੇ ਇਹ ਚੀਜ਼ਾਂ ਬਖਸ਼ੀਆਂ ਨੇ, ਇਹ ਕੁਦਰਤ ਦੀ ਸੰਭਾਲ ਕਰਕੇ ਪਾਣੀ ਬਚਾ ਕੇ ਰੁੱਖ ਲਗਾ ਕੇ ਇਹ ਸੰਗਤਾਂ ਨੂੰ ਆਦੇਸ਼ ਗੁਰਦੁਆਰਾ ਜਥਾ ਦੇ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।